कबड्डी पाउण दे लई मैदान दे विच वाधा होया हैप्पी इस वेले कहिंदे रेट पा रहे आ एक ओ सामने हैप्पी पहलवान बैठा एक ओ गड्डी खड़ी आ उहदे विच वी हैप्पी बैठा जिहड़ा पूरी दुनिया दे विच कहिंदे अज दा ई टूर्नामेंट लाइव दिखाई आ रहा 365 वाला हैप्पी पर इधर मैं वेखदा वी हैप्पी नौजवान कहिंदे खेल दे मैदान दे विच कुक्कड़ पिंड वाला वखरी जी गल करदा होया अगली कबड्डी पाउण दे लई गोरा नाम है कहिंदे इस नौजवान दा वेवियो इधर करमवीर सिंह ज्ञानी दे नाल कहिंदे मुकाबला गुरु गोबिंद सिंह दी कहिंदे फौज करमवीर ज्ञानी ਜਿੱਦਾਂ ਕਹਿੰਦੇ ਟੰਡਰੀਆਂ ਦੇ ਹਲੋ ਹਲੋ ਭੈਰੋ ਮਾਜਰੇ ਦੇ ਭਿੰਦੇ ਨੂੰ ਕਹਿੰਦੇ ਦੁਨੀਆ ਟੰਡਰੀਆਂ ਵਾਲੇ ਨਾਂ ਨਾਲ ਜਾਣਦੀ ਹੈ ਮੇਬੀ ਉਹ ਰੋਪੜ ਏਰੀਆ ਦਾ ਕਹਿੰਦਾ ਸਟਾਰ ਹੈ ਪਰ ਇਹ ਨੌਜਵਾਨ ਕਹਿੰਦੇ ਕਰਨਵੀਰ ਕੋਕੜ ਪਿੰਡਿਆ ਕਹਿੰਦੇ ਲਾਜਫਾ ਇਸ ਲਈ ਨੰਬਰ ਆਪਣੀ ਟੀਮ ਦੇ ਸੇ ਜੋੜ ਚੁੱਕਿਆ ਪਹਿਲਵਾਨ ਨੇ ਅਗਲੀ ਕਬੱਡੀ ਪਾਉਣ ਲਈ ਫਿਰ ਭਾਵਾ ਬੋਲ ਦਿੱਤਾ ਪਹਿਲਵਾਨ ਦੀ ਪਾਈ ਹੋਈ ਕਬੱਡੀ ਕਿ ਪੰਜਾਬੀਆਂ ਨੂੰ ਆਉਂਦਾ ਇਹ ਸਵਾਦ ਹੈ ਕਬੱਡੀ ਦੇ ਕੇ ਜਦੋਂ ਕੋਈ ਧਾਰੀ ਪਾਉਂਦਾ ਰੇਡ ਕਹਿੰਦੇ ਮੱਥਾ ਟੇਕ ਕੇ ਕਿ ਲੱਗ ਜਾਵੇ ਸੋਹਣਾ ਜਫਾ ਦੁਨੀਆ ਪੈਂਦੀ ਹੈ ਨੱਚ ਮਿੱਤਰੋ ਕੌਡੀ ਖੇਡ ਆ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਕੌਡੀ ਖੇਡ ਆ ਪੰਜਾਬੀਆਂ ਦੀ ਮਾਂ ਗੱਲ 16 ਨੇ ਸੱਚ ਮਿੱਤਰੋ ਰਿੰਕੂ ਨਾਮ ਹੈ ਕਹਿੰਦੇ ਸੇ ਨੌਜਵਾਨ ਦਾ ਮੇਰੇ ਵੀਰੋ ਰਿੰਕੂ ਇੱਕ ਚੰਡੀਗੜ੍ਹੀਆ ਕਹਿੰਦੇ ਧਨਾਸ ਪਿੰਡ ਦਾ ਰਿੰਕੂ ਇੰਗਲੈਂਡ ਦੇ ਖੇਡ ਗਰਾਊਂਡਾਂ ਵਿੱਚ ਕਹਿੰਦੇ ਬਹੁਤ ਟੌਪ ਖੇਡਿਆ ਜਿਸ ਨੌਜਵਾਨ ਦਾ ਕੋਟ ਗੰਗੂ ਰਾਜ ਦੇ ਕੱਪ ਦੇ ਕਹਿੰਦੇ ਮਾਨ ਸਨਮਾਨ ਕੀਤਾ ਜਾਊਗਾ ਪਰ ਇੱਧਰ ਵੇਖੋ ਕਰਨਵੀਰ ਗਿਆਨੀ ਕਰਨਵੀਰ ਗਿਆਨੀ ਕਿ ਨਾ ਕਰ ਨਾ ਕਰ ਕਰਪਾਈਆਂ ਉਧੜੇ ਕਾਜਾਂ ਨੂੰ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਤਾੜੀਆਂ ਮਾਰਦੇ ਸੇ ਜਾਫੀ ਦੇ ਲਈ ਤਾੜੀਆਂ ਮਾਰਦੇ ਜ਼ੋਰਦਾਰ ਜਦੋਂ ਕੋਈ ਸਿੰਘ ਖਿਡਾਰੀ ਖੇਡਦਾ ਹੁੰਦਾ ਨਾ ਸਿੱਖੀ ਸਰੂਪ ਵਾਲਾ ਦਰਸ਼ਕੋ ਆਪੇ ਧਿਆਨ ਦੇ ਲਿਆ ਕਰੋ ਕਿ ਤੁਹਾਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਕਿੱਧਰ ਤੋਂ ਆਉਂਦਾ ਬਚਾ ਲਈਏ ਕਹਿੰਦੇ ਆਪਾਂ ਪੰਜਾਬ ਦੀ ਜਵਾਨੀ ਨੂੰ ਸਨੀ ਨੌਜਵਾਨ ਭਾਵੀ ਇਸ ਵੇਲੇ ਅਗਲੀ ਕਬੱਡੀ ਪਾ ਰਿਹਾ ਨੌਜਵਾਨ ਦਾ ਬੜਾ ਫੁੱਟ ਜਿਹਾ ਸਰੀਰ ਤੇ ਸਨੀ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਜੋੜਦਾ ਹੋਇਆ ਸਿੰਘ ਨੇ ਜੱਫਾ ਲਾਇਆ ਦਰਸ਼ਕ ਵੀਰੋ ਖਾਲਸਿਆਂ ਦੀ ਟੀਮ ਜਿਹੜੀ ਉਹ ਵਰਲਡ ਕਬੱਡੀ ਲੀਗ ਦੇ ਵਿੱਚ ਵੀ ਖੇਡੀ ਤੇ 22 ਅਗਸਤ ਨੂੰ ਟੋਰਾਂਟੋ ਦੇ ਕੱਪ ਤੇ ਵੀ ਜਿਹੜੀ ਸਿੰਘਾਂ ਦੀ ਟੀਮ ਆ ਉਹ ਆਪਣਾ ਪ੍ਰਦਰਸ਼ਨ ਵਿਖਾਵੇਗੀ ਕਿਉਂਕਿ ਉਹਦਾ ਤੇ ਹਰ ਕਬੱਡੀ ਦਾ ਸਟਾਰ ਆ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵੱਖਰੀ ਸਿੱਖੀ ਦੇ ਨਾਲ ਜੁੜਿਆ ਆ ਤੇ ਉਹਦੀ ਕਮਰ ਜਿਹੜੀ ਵੱਖਰੀ ਹੁੰਦੀ ਆ ਤੇ ਉਹ ਨੌਜਵਾਨ ਭਾਵੀ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆ ਅਗਲੀ ਰੋਡ ਗੋਪੀ ਇੱਕ ਫਰੰਦੀਪੁਰ ਦਾ ਵੀ ਮਸ਼ਹੂਰ ਹੈ ਉੱਧਰ ਗੋਪੀ ਨੌਜਵਾਨ ਭਾਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਉੱਧਰ ਚਾਰ ਜਾਫੀ ਖੜੇ ਹੈ ਪਤਲੇ ਪਤੰਗ ਦੇ ਨੌਜਵਾਨ ਅਜੇ ਕਬੱਡੀ ਦੀ ਜਿਹੜੀ ਕਲਾਸ ਹੈ ਸ਼ੁਰੂ ਹੋਈ ਹੈ ਕਿਉਂਕਿ ਸਮਾਂ ਆਵੇਗਾ ਵੀ ਕਬੱਡੀ ਦੀ ਜਿਹੜੀ ਡਿਗਰੀ ਆ ਕਰ ਜਾਣਗੇ ਕਿਉਂਕਿ ਕਬੱਡੀ ਵੀ ਇੱਕ ਕਿਸਮ ਦੀ ਪੜ੍ਹਾਈ ਹੈ ਤੇ ਜਿੱਦਾਂ ਬੰਦਾ ਉਹਦੇ ਵਿੱਚ ਖੇਡਣਾ ਸਟਾਰਟ ਕਰਦਾ ਤੇ ਆਪਾਂ ਇਹ ਕਹਿ ਸਕਦੇ ਕਿ ਕਬੱਡੀ ਦੇ ਵਿੱਚ ਦਾਖਲਾ ਲਿਆ ਥੋੜਾ ਉੱਪਰ ਤੇ ਥੋੜੀਆਂ ਜਮਾਤਾਂ ਕਬੱਡੀ ਦੀਆਂ ਪਾਰ ਕੀਤੀਆਂ ਤੇ ਜਦ ਇਨਸਾਨ ਸਿਰੇ ਦਾ ਸਟਾਰ ਬਣ ਜਾਂਦਾ ਬੁਲਟ ਗੱਡੀਆਂ ਮਿਲਣ ਲੱਗ ਜਾਂਦੇ ਆ ਪ੍ਰਮੋਟਰ ਵਿਦੇਸ਼ਾਂ ਦੇ ਵਿੱਚ ਮੰਗ ਕਰਦੇ ਆ ਫਿਰ ਆਪਾਂ ਪਲੇਅਰ ਨਹੀਂ ਕਹਿ ਸਕਦੇ ਆ ਵੀ ਇਹ ਕਬੱਡੀ ਦੀ ਜਿਹੜੀ ਡਿਗਰੀ ਆ ਕਬੱਡੀ ਦੀ ਪੜ੍ਹਾਈ ਆ ਪੂਰੀ ਕਰ ਲਈ ਆ ਫਿਰ ਜਦ ਬਾਅਦ ਵਿੱਚ ਕਬੱਡੀ ਦੇ ਕੋਚ ਬਣਦੇ ਆ ਤੇ ਫਿਰ ਉਹ ਜਿਹੜੇ ਆਉਣ ਵਾਲੇ ਸਟਾਰ ਆ ਉਹਨਾਂ ਨੂੰ ਕਬੱਡੀ ਦੇ ਗੁਰ ਦੱਸਦੇ ਆ ਤੇ ਉੱਧਰ ਪੁਆਇੰਟ ਨੌਜਵਾਨ ਧਾਵੀ ਆਪਣੀ ਟੀਮ ਦੇ ਹਿੱਸੇ ਦੇ ਜੋੜਦਾ ਹੋਇਆ ਪਿੰਡੋ ਭਰਾ ਅਗਲਾ ਮੈਚ ਜਿਹੜੀਆਂ ਟੀਮਾਂ ਦਾ ਪਲੀਜ਼ ਇੱਕ ਵਾਰ ਜ਼ਰੂਰ ਬੋਲੀ ਕਿਉਂਕਿ ਚੱਲਦੇ ਮੈਚ ਦੇ ਕੁਝ ਕੁ ਪਲ ਜਿਹੜੇ ਬਾਕੀ ਆ ਤੇ ਉੱਧਰ ਕੁੱਕੜ ਪਿੰਡ ਵਾਲਾ ਧਾਵੀ ਇਸ ਵੇਲੇ ਪਾ ਰਿਹਾ ਕਬੱਡੀ ਹੈਪੀ ਦਾ ਬੋਲਿਆ ਹੋਇਆ ਧਾਵਾ ਤੇ ਸਾਹਮਣੇ ਚਾਰ ਜਾਫੀ ਪੱਟੀ ਖੋਚਾ ਕਿ ਕਈ ਵਾਰ ਤਾਂ ਖੋਚਾ ਕੱਢ ਕੇ ਪੈਂਦੇ ਫਰਨੇ ਨੇ ਗਿੱਟੋ ਬਿਨਾਂ ਮਿਹਨਤ ਕੋਈ ਰਾਹ ਨਹੀਂ ਇਹ ਵੀ ਬਜ਼ੁਰਗਾਂ ਦੇ ਕੱਢੋ ਆ ਸਿੱਟੋ ਪਰ ਜਿੰਨਾ ਲੱਭਣਾ ਇਹ ਸੋਨਾ ਲੋਕੋ ਪੱਟ ਦਿੰਦੇ ਆ ਤਲ ਇੱਕ ਨੇ ਤਾਂ ਭੈਣਾ ਏ ਜਦ ਮੈਦਾਨਾਂ ਵਿੱਚ ਘੁੱਟਦੇ ਆ ਦੋ ਮੱਲ ਇੱਕ ਨੇ ਤਾਂ ਭੈਣਾ ਏ ਜਦ ਮੈਦਾਨਾਂ ਵਿੱਚ ਘੁੱਟਦੇ ਆ ਦੋ ਮੱਲ ਉੱਧਰ ਰਿੰਕੂ ਦੀ ਕਬੱਡੀ ਤੇ ਉੱਧਰ ਸਾਡਾ ਭਰਾ ਪੰਦਾ ਜ਼ਰੂਰੀ ਕਾਰਵਾਈਆਂ ਮੈਂ ਗੋਬਰ ਟੂ ਸਟੇਜ ਬਈ ਅਸੀਂ ਓਪਨ ਦੀਆਂ ਟੀਮਾਂ ਨੂੰ ਦੱਸਦੇ ਹਾਂ ਕਿ ਜਿਹੜੀ ਟੀਮ ਜਿੱਤਦੀ ਹੈ ਨਾ ਉਹ ਸਾਡੇ ਕੋਲ ਕਿਰਾਇਆ ਲੈਣ ਆਵੇ
जीती टीम नूं किसे नूं किराया नहीं देना सी ते जिहने वी जाणा उह साडे कोल टाइम लै के जावे अगला मैं सुनना तो मैरीपुर परस रामपुर के कहने मनजिंदर ने तैयारी की कौड़ी पाने की पर उधर बिसल बज गई भी मैच जरा समाप्त हो गया है दारेवाल की टीम के नंबर ने इसे मैच के विचों पांच कुकड़ पिंड की टीम के नंबर ने दस कुकड़ पिंड की टीम जी जीत चुकी है इसे मैच के विचों जी नोट किया जाए मिठापुर पिंड के गोपी ने कहते तकड़िया कबड्डिया पाइया इस मैच के मंगे का कहते कजन है मिठापुरिया गोपी जिस नौजवान ने कहते इस मैच में तकड़िया कबड्डिया पाइया ने मनजिंदर वर्गे कहते खिलाड़ी पुजे कुकड़ पिंड की टीम खेलने के लिए हाँ जी पिंडा जी अगली गल मैरीपुर 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 सुनना सुनने वाले कहते सा मैच बड़ा हो रहा नहीं लगने वो सुनना वो भरा जो यार सुनना काला सिंह ए काला सिंह बी ए टीम है कितने काला सिंह ए तो काला सिंह बी बेट ओपन काला सिंह ए काला सिंह बी ने मैच लाना भीर मेरे भाजी जो मैच लाना तो तुम सू दस दिन काला सिंह ए काला सिंह बी भाजी दो मिनट सू स्टेज से आ दस दो मैच लाना कपड़े लो भाजी ने हेलो हेलो मैरीपुर की टीम के प्लेयर ने जोड़े वो ग्राउंड हो चुके हैं सुनड़ा की टीम को साड़ी गुजारिश है भी वो टीम जी जल्दी मैदान के पुज जाए सुनड़ा की टीम मैमदार भाजी तुम जाओ सुनड़ा टीम कर दी सुनड़ा और हरदीप मेरे सुनड़ा टीम ने कर दी भाजी केड़ी टीम इधर मैरीपुर की टीम ग्राउंड सुनड़ा ना मैच है जी सुनड़ा टीम कर दी ठीक है जी हाँ जी मैरीपुर मैमदार ओके भाजी पिंडा भाजी का ध्यान ना मेरी गल सुनो मैं थोड़ा सिस्टम बहुत बढ़िया लग्या भी जिहड़ी टीम एक ग्राउंड दे विच है दूजी बाहर एक नहीं होई उहदा मैच उहदे नाल करा लैणे आ 365 ਤੇ ਪੂਰੀ ਦੁਨੀਆ ਸੁਣਦੀ ਆ ਸਾਡੇ ਮਾਲਵੇ ਤਾਂ ਇਹੀ ਚੱਕਰ ਪੈ ਜਾਂਦਾ ਵੀ ਯਾਰ ਸਾਡਾ ਤਾਂ ਉਹਨਾਂ ਨਾਲ ਸੀ ਉਹ ਕਿਉਂ ਨਹੀਂ ਆਏ ਸਾਨੂੰ ਤਾਂ ਬਾਕ ਓਵਰ ਦਿਓ ਸਾਨੂੰ ਤਾਂ ਦੂਜੇ ਰਾਉਂਡ 'ਚ ਕਰੋ ਮੈਂ ਜਦੋਂ ਮੈਂ ਦੇਖੀ ਜਾਂਦਾ ਇਹ ਸਿਸਟਮ ਕਿਸੇ ਪਲੇਅਰ ਨੇ ਤਾਂ ਨਹੀਂ ਆਖਿਆ ਵੀ ਸਾਡਾ ਤਾਂ ਉਹਨਾਂ ਨਾਲ ਮੈਚ ਸੀ ਹੁਣ ਇਹਨਾਂ ਨਾਲ ਕਿਉਂ ਖੜਾ ਰਹੇ ਹੋ ਬੜਾ ਵਧੀਆ ਲੱਗੇ ਤੁਹਾਡੀ ਗੱਲ ਲੱਗੀ ਹੈ ਮੈਨੂੰ 30 ਸਾਲ ਹੋ ਗਏ ਆ ਏ ਟੂ ਜ਼ੈਡ ਕਿਸੇ ਵੀ ਟੀਮ ਨੂੰ ਬਾਕ ਓਵਰ ਨਹੀਂ ਦਿੱਤਾ ਜਾਂਦਾ ਸਾਡੇ ਸਵਾਦ ਲਿਆਤਾ ਤੁਸੀਂ ਆ ਗੱਲ ਕਰਕੇ ਕਿਉਂਕਿ ਸਾਡੇ ਉਧਰ ਮਾੜੀ ਤੋਂ ਮਾੜੀ ਟੀਮ ਹੋਵੇ ਨਾ ਵੀ ਰੌਲਾ ਪੜ ਲੱਗ ਜਾਂਦੀ ਹੈ ਵੀ ਮੇਰਾ ਤਾਂ ਆਹ ਟੀਮ ਨਾਲ ਮੈਸੀ ਤਾਂ ਆਈ ਨਹੀਂ ਸਾਨੂੰ ਬਾਕ ਓਵਰ ਦਿਓ ਸਾਨੂੰ ਸੈਕੰਡ ਰਾਉਂਡ 'ਚ ਕਰਿਓ ਹੁਣ ਇਹ ਤਾਂ ਚੱਕਰ ਪੈ ਜਾਂਦਾ ਹੈ ਤੁਹਾਡੀ ਭਲਵਾਨਾ ਸਵਾਦ ਆ ਗਿਆ ਕਹਿੰਦੇ ਗੱਲ ਦੇਖ ਕੇ ਤੁਹਾਡੀ ਵਾਹਿਗੁਰੂ ਮਿਹਰ ਕਰੇ ਇਸੇ ਕਲੱਬ ਦੇ ਉੱਤੇ ਚੜ੍ਹਦੀ ਕਲਾ ਵਿੱਚ ਰੱਖੇ ਕਲੱਬ ਨੂੰ ਲਓ ਇਧਰਲੇ ਪਾਸੇ ਟੀਮ ਬਾਬਾਈਆਂ ਦੇ ਪਵਿੱਤਰ ਸਥਾਨ ਵਾਲੇ ਪਾਸੇ ਜਿਹੜੀ ਟੀਮ ਪੁੱਜੀ ਹੈ ਮੈਰੀਪੁਰ ਦੇ ਔਰ ਦੂਸਰੇ ਪਾਸੇ ਕਹਿੰਦੇ ਜਿਹੜੀ ਟੀਮ ਖੇਡ ਰਹੀ ਹੈ ਮਹਿਮਦਵਾਲ ਪਿੰਡ ਦੇ ਮਹਿਮਦਵਾਲ ਪਿੰਡ ਕਹਿੰਦੇ ਸੰਦੀਪ ਦਾ ਪਿੰਡ ਸਾਹਮਣੇ ਆਪਾਂ ਦੇਖੀ ਵੀ ਧਾਰੀ ਇਸ ਵੇਲੇ ਉਧਰ ਮੱਲੀਆਂ ਵਾਲੇ ਗਰੋਜੂਰੀ ਦੀ ਟੂਰਨਾਮੈਂਟ ਤੋਂ ਪੁੱਜੇ ਹੋਏ ਆ ਉਸ ਏਰੀਆ ਦੇ ਵਿੱਚ ਟੂਰਨਾਮੈਂਟ ਤੋਂ ਸਿਰੇ ਦੇ ਸਟਾਰ ਜਿਹੜੇ ਕੱਲ ਨੂੰ ਮਾਲਵੇ ਤੇ
ਦੁਆਬੇ ਤੋਂ ਵੀ ਟੀਮਾਂ ਜਿਹੜੀਆਂ ਪੁੱਜ ਰਹੀਆਂ ਤੇ ਇੱਧਰ ਨੌਜਵਾਨ ਭਾ ਵੀ ਇਸ ਵੇਲੇ ਜੱਸੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਤੇ ਇੱਕ ਲੀਲਾ ਵਾਲਾ ਜੱਸੀ ਵੀ ਸਾਲ ਤੋਂ ਕੈਨੇਡਾ ਦੀਆਂ ਖੇਡ ਗਰਾਊਂਡਾਂ ਵਿੱਚ ਖੇਡ ਰਿਹਾ ਤੇ ਇੱਧਰ ਮਹਿਮਦ ਵਾਲੀ ਨੂੰ ਵੱਜਿਆ ਹੋਇਆ ਪੱਚ ਤੇ ਜਾਫੀ ਮਾਰਦਾ ਪੈਂਤੀ ਪਰ ਭਾ ਵੀ ਜੱਸੀ ਇਸ ਵੇਲੇ ਹੱਥੋਂ ਨਿਕਲਿਆ ਪੁਆਇੰਟ ਆਪਣੀ ਟੀਮ ਦੇ ਇਸੇ ਤੇ ਜੋੜਦਾ ਹੋਇਆ ਅੱਜ ਭਾ ਵੀ ਦਾ ਜੋਤਾ ਨਾਮ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਜਲਦੀ ਵਾਪਸੀ ਕਰੇ ਖੇਡ ਗਰਾਊਂਡਾਂ ਦੇ ਵਿੱਚ ਉਧਰ ਚਾਚਾ ਖੜਾ ਕਹਿੰਦੇ ਲੱਖਣ ਕੇ ਪੱਡਿਆਂ ਦਾ ਯਾਰਾਂ ਦਾ ਯਾਰ ਹੈ ਜਰਗੜੀ ਵਾਲੇ ਹੈਪੀ ਨਾਲ ਬਹੁਤ ਵੱਡਾ ਪਿਆਰ ਹੈ ਕਹਿੰਦੇ ਇਸੇ ਭਰਾ ਵਾ ਇਸ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਬਹੁਤ ਧੰਨਵਾਦ ਹੈ ਲਓ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਇਹ ਨੌਜਵਾਨ ਭਾਵੀ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਜੱਸੀ ਨਾਮ ਹੈ ਕਹਿੰਦੇ ਇਸੇ ਨੌਜਵਾਨ ਦਾ ਮੇਰੇ ਵੀਰੋ ਜੱਸੀ ਨੇ ਕਹਿੰਦੇ ਧਾਵਾ ਬੋਲ ਦਿੱਤਾ ਕਿ ਹੱਥ ਧੌਣੇ ਉੱਤੇ ਰੱਖ ਕੇ ਗੁੜ ਨੂੰ ਫੜਨਾ ਪੈਂਦਾ ਏ ਕਿ ਵਾਂਗ ਕਰੰਟ ਦੇ ਲੱਤਾਂ ਦੇ ਵਿੱਚ ਵੜਨਾ ਪੈਂਦਾ ਏ ਕਿ ਦਾਅ ਪਿੱਛ ਖੋਲ ਕੇ ਸਾਰੇ ਕਮਾਨੋਂ ਨਿਕਲਿਆ ਤੀਰ ਬਣਨਾ ਪੈਂਦਾ ਏ ਕਮਾਨੋਂ ਨਿਕਲਿਆ ਤੀਰ ਬਣਨਾ ਪੈਂਦਾ ਏ ਕਿ ਰੇਡ ਪੈਂਦੀ ਨਹੀਂ ਬਿਨਾਂ ਦਿਲ ਦੇ ਸਨਮਾਨ ਸੌਖੇ ਨਹੀਂ ਮਿਲਦੇ ਕੌਡੀ ਲਈ ਤਾਂ ਮਿੱਤਰੋ ਫਕੀਰ ਬਣਨਾ ਪੈਂਦਾ ਏ ਕੌਡੀ ਲਈ ਤਾਂ ਮਿੱਤਰੋ ਫਕੀਰ ਬਣਨਾ ਪੈਂਦਾ ਏ ਇੱਕ ਪਾਸੇ ਕਹਿੰਦੇ ਨੌਜਵਾਨ ਜੋਤੇ ਦੀ ਪਾਈ ਹੋਈ ਕਬੱਡੀ ਮੇਰੇ ਵੀਰੋ ਲਓ ਜੋਤਾ ਇਸ ਵੇਲੇ ਚੜ੍ਹਦੀ ਹੀ ਉਮਰ ਦਾ ਇਹ ਖਿਡਾਰੀ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਪਿੰਡਾ ਜੀ ਇਸ ਤੋਂ ਨੈਕਸਟ ਮੈਚ ਕਿਹੜਾ ਜੀ ਇੱਕ ਵਾਰੀ ਇਹ ਵੀ ਅਨਾਊਂਸ ਕਰ ਦਿਓ ਟੀਮਾਂ ਨਹੀਂ ਪੁੱਜੀਆਂ ਅਜੇ ਤੱਕ ਉਧਰ ਅਗਲੀ ਰੋਡ ਨੌਜਵਾਨ ਭਾਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਵੀ ਰਮਨ ਕਬੱਡੀ ਪਾ ਰਿਹਾ ਮੈਦਾਨ ਦੇ ਵਿੱਚ ਉਧਰ ਮਹਿਮਦ ਵਾਲੀ ਆ ਜਾਤੀ ਕਰਦਾ ਹੋਇਆ ਪਾਈ ਤੇ ਗਦ ਗਦ ਵਿੱਚ ਚੌੜੀ ਆ ਸੋਹਣੇ ਲੱਗਣ ਸਰੀਰ ਭੂਕੇ ਅੱਗ ਦੇ ਲੋਕੀ ਦੱਸਦੇ ਬਾਬੀ ਆ ਤਕਦੀਰ ਖੇਡ ਕਬੱਡੀ ਦੇ ਲਈ ਲੋਕੋ ਬਰਨਾ ਪੈਂਦਾ ਏ ਫਕੀਰ ਖੇਡ ਕਬੱਡੀ ਦੇ ਲਈ ਲੋਕੋ ਬਰਨਾ ਪੈਂਦਾ ਏ ਫਕੀਰ ਭਾਵੀ ਦਾ ਵਜਨ ਹੈਲੋ ਪੜਾਲ ਦੋ ਨਾ ਚੀਮਾ ਕਲਾਂ ਬਈ ਆ ਬੰਦੇ ਆ ਸੀਗੇ ਤੇ ਸਾਡੇ ਕੋਲ ਕਹਿੰਦੇ ਸਾਡਾ ਮੈਚ ਕਰਾਓ ਖੈੜੀ ਵਰਨਾ ਸੀਚੇਵਾਲ ਖੈੜੀ ਵਰਨਾ ਸੀਚੇਵਾਲ ਇਹ ਟੀਮਾਂ ਤਿਆਰ ਹੋ ਗਏ ਬਈ ਲੱਖਣ ਕੇ ਪੱਡੇ ਜਲਾਲਪੁਰ ਕਾਲਾ ਸਿੰਘ ਏ ਕਾਲਾ ਸਿੰਘ ਬੀ ਭੇਟਾ ਨਗਰ ਦੇ ਕਹਿੰਦੇ ਸੀਨੀਅਰ ਖਿਡਾਰੀਆਂ ਦੀ ਮੈਂ ਗੱਲ ਕਰਾਂ ਪਿੰਦੂ ਵੀਰ ਹੁਣੀ ਯੂਕੇ ਵਿੱਚ ਬੈਠੇ ਕਹਿੰਦੇ ਲਾਈਵ ਜੁੜੇ ਹੋਏ ਨੇ ਉੱਥੇ ਕਹਿੰਦੇ ਮੁਖਤਿਆਰ ਸਿੰਘ ਜੀ ਨਾਰਵੇ ਦੇ ਵਿੱਚ ਇੰਦਰਜੀਤ ਸ਼ਿੰਗਾਰੇ ਦੀ ਕਹਿੰਦੇ ਜੋੜੀ ਮਸ਼ਹੂਰ ਰਹੀ ਖੇਡ ਕਬੱਡੀ ਵਿੱਚ ਇੰਦਰਜੀਤ ਸਾਡਾ ਵੀਰ ਕੈਨੇਡਾ ਵਿੱਚ ਬੈਠਾ ਕਹਿੰਦੇ ਲਾਈਵ ਜੁੜਿਆ ਹੋਇਆ ਇਹਨਾਂ ਸਾਰੇ ਸਾਡੇ ਭਰਾਵਾਂ ਦਾ ਵਿਸ਼ੇ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰ ਖੇਡ ਕਬੱਡੀ ਦੇ ਨਾਲ ਕਬੱਡੀ 365.com ਦੇ ਜ਼ਰੀਏ ਕਹਿੰਦੇ ਜੁੜੇ ਹੋਏ ਨੇ 365.com ਦੇ ਜ਼ਰੀਏ ਇਹ ਸਾਰੇ ਸਾਡੇ ਭਰਾ ਜੁੜੇ ਹੋਏ ਨੇ ਲੈ ਵੀ ਚੀਮੇ ਵਾਲਿਆ ਲਿਸਟ ਹੈ ਤੇਰੇ ਹੱਥ ਦੇ ਵਿੱਚ ਕਲੱਬ ਵਾਲਿਆਂ ਦੀ ਇੱਕ ਵਾਰੀ
सारे ना आप फिर बोल दीजिए कोई ना ना रह जावे। सरपंच सरदार प्रदुमर सिंह जी चेयरमैन साहब जी का धन्यवाद है। सरपंच सरदार कलवीर सिंह जी का बहुत बहुत धन्यवाद। अगली गल हम तू कर दे भी केड़े केड़े मैंबर पंचायत ने अपने कोहाड़ा तो मलिया कोहाड़ा कितो कोहाड़े कोहाड़ा कोहाड़ा तो मलिया दी टीम अपनी जल्दी जना पहुंचा रहा सरदार मलकीत सिंह जी पंच सरदार गुरदयाल सिंह जी पंच सरदार अवतार सिंह जी पंच सरदार सुरजीत सिंह जी सरदार महेंद्र सिंह सरदार मोहन सिंह सरदार गुरचरण सिंह सरदार सुरजीत सिंह बलदेव सिंह सरदार अमरीक सिंह बड़िया सतारयोग शख्सियत लवी भलवाना किसी वीर का ना बोलने तो रह गया वो साडे वालों माफी अते लिख के तुसी लिया के देना ओपी जिंदर सिंह जिंदा कनेडा मरीत सिंह निकू यूएसए मनजीत नेता चन्ना मानी सोनू कृष्णा मनप्रीत नेता ये सारे कबड्डी के स्टार ओपी साडा भरा जोधा जिंदा चाचा साबी उड़ी पिंदा तो गुरमीत इंदरजीत पीता नेता जतिंदर अमनदीप जग्गा तीर्थ जिंदा अनमोल पिंदू करण सरजीत सोधी उड़ी सारे भरावान का धन्यवाद है। तो इधर कबड्डी भी मैं मकबाल का भावी इस वे ग्राउंड के पै रहा है कि गौरव भुल गए सारिया खेडा पाया बैनकूवर कनेडा के चन्ना मानी गोगो बन गए जान कबड्डी की मां बोली ते खेड कबड्डी शान पंजाबियों की सिरे की गल तो दरजसी इस वे कबड्डी पा रहा मैदान दर्शकों दिया निगाह टिकी हुई वड्डा कट भेटा के रेंदे मैच जो पिंड पद्धर के कल करवाए जाने हैं तो दरजसी इस वे पॉइंट अपनी टीम के सिरे जोड़ता है। उधर सरदार अजीत सिंह जी एस आई वो भी इस टूरनामेंट तो पुजे है सारे पुलिस मुलाजम वाले वीर का धन्यवाद है। तो उधर कबड्डी जोता इस वे मैदान के पै रहा है कि खेड कबड्डी पागड़ी खेडे पिंड परजिया का पिंडा चीते के नाम के नाल मशहूर हो गया बिहारी पुर का पिंडा के रोकना नहीं सौखा यारो पिंड जोगेवाल का गगना के तेज लत्तां विच जा वरदा पिंड जुनेदपुरे का अमना बालना ते दीपा ते मन्ना कबड्डी के जिहड़े स्टार है ये छटे दी की गल है। ਭਾਜੀ ਇੱਧਰ ਜਿਹੜਾ ਕੈਬਨ ਬਣਾਇਆ ਨਾ ਖਿਡਾਰੀਆਂ ਵਾਸਤੇ ਜਿਨ੍ਹਾਂ ਨੂੰ ਅਸੀਂ ਲੌਸ ਕਰਦੇ ਸਿਰਫ ਉਹ ਹੀ ਬਹਿਣ ਦੂਜੇ ਖਿਡਾਰੀਆਂ ਨੇ ਜਿਹੜੇ ਬਾਹਰ ਹੋਵੇ ਇੱਥੋਂ ਜਿਹੜੇ ਉੱਦਾਂ ਬੈਠੇ ਆ ਵੀ ਸਾਡੇ ਬੁੱਲੇ ਵਾਲੇ ਬੰਦੇ ਕਿੱਥੇ ਆ ਉਹ ਖਾਲੀ ਕਰਾਓ ਇੱਥੋਂ ਇੰਦਰਜੀਤ ਉਹ ਭਾਜੀ ਠਾਲੋ ਬੰਦੇ ਉੱਥੋਂ सुल्तान संसपुरी गली खेडदे आ ओदा ही कहिंदे हरखोवाल पिंड दा सेठी ते रूपी खेड कबड्डी खेडदे आ रोटी दा दुद्ध ते मंगा खेडदे आ बलना वाले दीपा ते मन्ने वीर एक भरा जिहड़े इकट्ठे कबड्डी खेडदे आ ਜਿਹੜੀਆਂ ਜੋੜੀਆਂ ਦੁਨੀਆਂ ਦੇ ਵਿੱਚ ਮਸ਼ਹੂਰ ਆ ਜਿਵੇਂ ਗੋਗੋ ਤੇ ਡਮਰੂ ਬਗੀਚਾ ਤੇ ਅਮਰੂ ਗੋਈ ਤੇ ਸਿੱਪੀ ਗਰਲਾਲ ਤੇ ਗਿੱਪੀ ਸੀਰਾ ਤੇ ਧੋਨੀ ਦੁੱਲਾ ਤੇ ਜੋਨੀ ਹਾਂ ਵੀ ਪਿੰਡਿਆ ਸਮਾਜ ਦੇ ਵਿੱਚ ਮਹਿਮਦਵਾਲ ਦੀ ਟੀਮ ਜਿੱਤੀ ਰਹੀ ਆ ਨੋਟ ਕਰੀ ਮਹਿਮਦਵਾਲ ਚਿੱਟੀ ਚਿੱਟੀਆਂ ਦੇ ਕਿੱਥੇ ਹੋਈ ਤੇ ਬਿਹਾਰੀ ਪਰ ਲੱਖਣਗੜਾ ਕਲਾਰਾ ਦੋ ਮਿੰਟ ਹੋ ਗਏ ਭਾਈ ਲੱਖਣਗੜਾ ਕਲਾਰਾ गांदरा तो हंडल तो दो गांदरा हंडल तो दो गांदरा बनाम हंडल टंडे की टीम बेनती है वो टीम भी जल्दी ना पिजन लवी पिंडिया ग्राउंड बोली है हेलो आवाज नहीं ਬੁੱਗੀਪੁਰਾ ਬੁੱਗੀਪੁਰੇ ਵਾਲੇ ਕਿੱਥੇ ਹੋਏ ਭਾਜੀ ਦੋ ਮਿੰਟ ਕੱਪੜੇ ਲਾ ਕੇ ਆਇਓ ਬੁੱਗੀਪੁਰਾ 365 ਸਵੱਦੀ ਬਾਤ ਕੌਣ ਵਾਲਾ ਕੈਮਰੇ ਵਾਲਾ ਭਰਾ ਫੋਟੋ ਖਿੱਚਣਾ ਸਾਡੀ ਵੀ ਕੋਈ ਬੁੱਗੀਪੁਰਾ ਤੇ ਸੰਧੂ ਚੱਠਾ ਭਾਜੀ ਦੋ ਮਿੰਟ ਲਾ ਜਾਓ ਸੰਧੂ ਚੱਠਾ ਬਨਾਮ ਬੁੱਗੀਪੁਰਾ ਦੋਨੋਂ ਟੀਮਾਂ ਨੂੰ ਬੇਨਤੀ ਆ ਅਗਲੇ ਮੈਚ ਦੇ ਲਈ ਦੋਨੋਂ ਟੀਮਾਂ ਪੁੱਜਣ
ਬੁੱਢੀ ਭਰਾ ਤੇ ਸੰਧੂ ਚੱਪੇ ਦੀਆਂ ਟੀਮਾਂ ਨੂੰ ਬੇਨਤੀ ਆ ਤੇ ਸੰਧੂ ਚੱਪੇ ਪਿੰਡ ਦੀ ਕਬੱਡੀ ਦੇ ਇਸ਼ਤਿਹਾਰ ਆ ਜਿਹੜੇ ਪੈਦਾ ਕੀਤੇ ਆ ਇਹ ਸਾਲ ਪਿੰਡ ਲੰਬੜ ਤੇ ਮਨੀ ਜਿਹੜੇ ਕੈਨੇਡਾ ਦੇ ਅਲੱਗ ਗਰਾਊਂਡਾਂ ਦੇ ਵਿੱਚ ਕਬੱਡੀ ਖੇਡ ਰਹੇ ਆ ਸੰਧੂ ਚੱਪਾ ਬਨਾਮ ਬੁੱਢੀ ਭਰਾ ਦੋਨੋਂ ਟੀਮਾਂ ਪਲੀਜ਼ ਜਲਦੀ ਜਿਹੜੇ ਪਹੁੰਚੋ ਕਾਲਾ ਸੰਜੋ ਕਾਲਾ ਸੰਜੋ ਪਲੀਜ਼ ਭਾਜੀ ਕਿੱਥੇ ਹੋ ਭਾਜੀ ਆ ਜਾਓ ਛੇਤੀ ਆ ਜਾਓ ਦੋ ਮਿੰਟ ਆ ਸਿਰਫ ਦੋ ਮਿੰਟ ਤੁਹਾਡੇ ਕੋਲ ਕਾਲਾ ਸਿੰਘ ਹੋ ਕਾਲਾ ਸਿੰਘ ਵੀ ਜਿਹੜੀ ਟੀਮ ਪਹਿਲਾਂ ਆਊਗੀ ਪਹਿਲੀ ਰੇਡ ਆਉਂਦੀ ਆ ਬੁੱਗੀ ਪੁੜਾ ਸੰਧੂ ਚੱਪਾ ਕੁਹਾੜਾ ਮੱਲੀਆ ਅਸੀਂ ਖਿਡਾਰੀਆਂ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਜਿਹਨੇ ਵੀ ਗਰਾਊਂਡ 'ਚ ਜਾਣਾ ਉਹ ਟੀ ਸ਼ਰਟਾਂ ਲਾ ਕੇ ਜਾਵੇ ਸੰਧੂ ਚੱਪਾ ਟੀਮ ਪਲੀ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਸੰਧੂ ਚੱਪੇ ਦੀ ਟੀਮ ਨੂੰ ਬੇਨਤੀ ਆ ਜਿਹੜੇ ਦਰਸ਼ਕ ਵੀਰ ਉਸ ਟੂਰਨਾਮੈਂਟ ਨੂੰ ਸਵੇਰ ਤੋਂ ਲੈ ਕੇ ਵੇਖ ਰਹੇ ਆ ਗਰਮੀ ਜ਼ਿਆਦਾ ਉੱਧਰ ਇੱਕ ਭਰਾ ਸਾਡਾ ਰੁਮਾਲ ਘੁਮਾ ਰਿਹਾ ਗਰਮੀ ਜ਼ਿਆਦਾ ਹੋਣ ਦੇ ਕਾਰਨ ਪਰ ਫਿਰ ਵੀ ਬੰਦਾ ਕਾਠਾਂ ਦੀ ਭੇਟਾਂ ਦੀ ਖੇਡ ਗਰਾਊਂਡ ਦੇ ਆਲੇ ਦੁਆਲੇ ਦੂਰੋਂ ਨੇੜੇ ਜਿੰਨੇ ਵੀ ਦਰਸ਼ਕ ਵੀਰ ਇਸ ਟੂਰਨਾਮੈਂਟ ਨੂੰ ਦੇਖਣ ਦੇ ਲਈ ਪੁੱਜੇ ਆ ਸਾਰੇ ਦਰਸ਼ਕ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਲੈ ਵੀ ਜਵਾਨਾਂ ਸੰਧੂ ਚੱਪੇ ਦੀ ਟੀਮਾਂ ਦਾ ਹੱਥ ਖੜਾ ਕਰੀ ਸੰਧੂ ਚੱਪੇ ਦੀ ਟੀਮ ਅਜੇ ਤੱਕ ਨਹੀਂ ਪੁੱਜੀ ਹੈਲੋ ਹੈਲੋ ਕੰਗ ਸਾਹਿਬ ਰਾਵ ਲੱਗਣਾ ਹੁੰਦਲ ਟੱਡਾ ਗਾਂਦਰਾ ਵਾਲੇ ਕਿੱਥੇ ਬਾਈ ਗਾਂਦਰਾ ਮਹਿੜੂ ਤੇ ਨਾਗਰਾ ਕਾਲਾ ਸਿੰਘ ਹੋਰ ਕਾਲਾ ਸਿੰਘ ਵੀ ਹੁੰਦਲ ਟੱਡਾ ਪਾਈ ਆ ਜਾਓ ਹਲੇ ਗਾਂਦਰਾ ਬਈ ਗਾਂਦਰਾ ਵਾਲੇ ਕਿੱਥੇ ਆ ਲਵੀ ਪਿੰਡੋ ਹੁੰਦਲ ਟੱਡੇ ਦੀ ਟੀਮ ਆ ਜਿਹੜੀ ਪੁੱਜ ਚੁੱਕੀ ਆ ਪਾਜੀ ਨਾ ਕੱਢੇ ਕਾਲਾ ਸਿੰਘ ਹੋ ਤੇ ਕਾਲਾ ਸਿੰਘ ਵੀ ਮੈਚ ਕਰਾ ਦਿਓ ਕਾਲਾ ਸਿੰਘ ਹੋ ਬਨਾਮ ਕਾਲਾ ਸਿੰਘ ਵੀ ਇੱਧਰ ਉਹਨਾਂ ਨੂੰ ਬੇਨਤੀ ਆ ਵੀ ਟੀਮ ਲੈ ਕੇ ਜਲਦੀ ਨਾਲ ਪੁੱਜਣ ਕਾਲੇ ਸਿੰਘਾਂ ਦੀ ਵੀ ਟੀਮ ਪੁੱਜ ਗਈ ਉਹ ਟੀਮ ਨੂੰ ਬੇਨਤੀ ਆ ਵੀ ਜਲਦੀ ਨਾਲ ਪੁੱਜੋ ਤੇ ਆ ਗਈ ਦੋਨੋਂ ਰਲ ਮਿਲ ਕੇ ਜਿਹੜਾ ਖੇਡ ਜੇ ਦੋਨੋਂ ਕਰ ਦੇਣੀਆਂ ਸੀ ਕਾਲੇ ਸਿੰਘਾਂ ਦੀ ਟੀਮ ਦੋ ਇਹ ਟੀਮ ਦੇ ਬਾਕੀ ਰਹਿੰਦੇ ਪਲੇਅਰ ਉਹ ਵੀ ਜਲਦੀ ਨਾਲ ਪੁੱਜਣ ਲਵੀ ਪਿੰਡੋ ਭਰਾ ਇੱਕ ਵਾਰ ਸਾਰੀਆਂ ਟੀਮਾਂ ਦੇ ਨਾਂ ਲੈ ਦੋ ਕਿਉਂਕਿ ਮੈਚ ਥੋੜਾ ਲੇਟ ਸ਼ੁਰੂ ਹੋਣਾ ਜੇ ਪਲੇਅਰ ਬਾਕੀ ਜਿਹੜੇ ਬਾਹਰ ਆ ਭਾਜੀ ਡੇ ਨੇੜ ਚਲਾਉਂਦੇ ਹੋਏ ਆਪਾਂ ਚਿੱਟੀ ਬਿਹਾਰੀਪੁਰ ਸਿੰਧੜਾ ਧਾਲੀਵਾਲ ਦੋਨਾ ਲੱਖਣ ਕਲਾ ਕਲਾਰਾ ਪੜਾਲ ਦੋਨਾ ਚੀਮਾ ਕਲਾ ਪੜਾਲ ਦੋਨਾ ਚੀਮਾ ਕਲਾ ਕੁਹਾਰਾ ਮੱਲੀਆਂ ਕੁਹਾਰਾ ਤੇ ਮੱਲੀਆਂ ਚਾਕੇ ਲੈ ਜਾ ਬੁੱਗੀ ਪੁਰਾ ਤੇ ਸੰਧੂ ਚੱਪਾ ਬੁੱਗੀ ਪੁਰਾ ਸੰਧੂ ਚੱਪਾ ਕਾਲਾ ਸਿੰਘਾਂ ਦੀ ਉਹ ਟੀਮ ਦੋ ਸ਼ਿਮਲਾ ਕਿਤੇ ਖੇਡਣ ਤੋਂ ਪਹਿਲਾਂ ਹੀ ਨਾ ਕੰਮ ਜਾ ਜੇ ਇਹ ਡਿਸੀਜਨ ਥੋੜਾ ਸਖਤ ਆ ਬਹੁਤ ਖਿਡਾਰੀਆਂ ਬੇਨਤੀ ਕਰਦੇ ਕੱਪੜੇ ਲਾ ਕੇ ਬਾਹਰ ਉੱਪਰ ਗਿਆ ਆਪਾਂ ਬੋਲੀ ਜਾਂਦੇ ਆ ਗਰਮੀ ਜ਼ਿਆਦਾ ਕਈ ਵਾਰ ਕਿਸੇ ਦਾ ਦਿਮਾਗ ਕਿਤੇ ਹੋਰ ਹੁੰਦਾ ਤੇ ਗਰਾਊਂਡ ਵੱਲ ਆਉਂਦਾ ਹੁੰਦਾ ਸਿੰਮਾ ਦੀ ਕਾਰਵਾਈਆਂ ਕਈ ਜਗ੍ਹਾ ਤੇ ਕਰਦਾ ਕਾਲੇ ਸਿੰਘਾਂ ਦੀ ਟੀਮ ਦੋ ਬਾਕੀ ਰਹਿੰਦੇ ਖਿਡਾਰੀ ਉਹ ਵੀ ਜਲਦੀ ਨਾਲ ਪਹੁੰਚਣ ਬੇਨਤੀ ਆ ਕਾਲੇ ਸਿੰਘਾਂ ਦੀ ਟੀਮ ਦੋ ਕਿਉਂਕਿ ਸ਼ਾਮਾਂ ਜਿਹੜੀਆਂ ਢਲਣ ਵਾਲਾ ਜਾ ਰਹੀਆਂ ਗਰਮੀ ਘੱਟ ਹੋ ਰਹੀ ਆ ਤੇ ਮੈਚ ਵਧੀਆ ਖੇਡੇ ਜਾਣੇ ਆ ਟੀਮਾਂ ਸਮੇਂ ਦੇ ਨਾਲ ਪਹੁੰਚਣ ਬੇਨਤੀ ਆ ਉਧਰ ਸਾਡੇ ਭਰਾ ਠੰਡੇ ਮਿੱਠੇ ਜਲ ਦੀ ਜਿਹੜੀ ਸਰੀਰ ਦੀ ਸੇਵਾ ਵੀ ਸਵੇਰ ਤੋਂ ਲੈ ਕੇ ਕਰ ਰਹੇ ਆ ਖੰਨੇ ਬੜਾ ਗਰਮੀ ਲੱਗਦੀ ਹੈ ਤੈਨੂੰ ਤੂੰ ਵੀ ਉੱਠ ਕੇ ਆਵਾ ਕਾਲੇ ਸਿੰਘਾਂ ਦੀ ਟੀਮ ਦੋ ਪਲੇਅਰਾਂ ਦੀ ਬੇਨਤੀ ਆ
ਲਵੀ ਮੇੜੂ ਬਲਵਿੰਦਰ ਬਲੌਰ ਹੋਰ ਤਾਂ ਨਹੀਂ ਹੋਣੇ ਉਹ ਟੀਮ ਕਿਹੜੀ ਸਾਈਡ ਖੇਡ ਰਹੀ ਆ ਕਾਲਾ ਸਿੰਘਾਂ ਦੀ ਇਹ ਟੀਮ ਆ ਜਿਹੜੀ ਉਹ ਦਰਸ਼ਕ ਵੀ ਨੋਟ ਕਰ ਲੈਣਾ ਪਿਛਲੇ ਪਰ ਇਸੇ ਕਬੱਡੀ ਕੱਪ ਦੀ ਵਿਨਰ ਰਹੀ ਹੈ ਟੀਮ ਉਹ ਟੀਮ ਬਾਬਾ ਜੀ ਦੀ ਦਰਗਾਹ ਵਾਲੀ ਸਾਈਡ ਤੇ ਖੇਡ ਰਹੀ ਆ ਤੇ ਦੂਜੇ ਵੱਲੋਂ ਕਾਲਾ ਸਿੰਘਾਂ ਦੀ ਵੀ ਟੀਮ ਸਰਦਾਰ ਮਹਿੰਦਰ ਸਿੰਘ ਦੀ ਮਾਂ ਉਹਨਾਂ ਦੀ ਇੰਗਲੈਂਡ ਦੀ ਖੇਡ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਹੈਲੋ ਇਸ ਮੈਚ ਤੋਂ ਬਾਅਦ ਲੱਖਣ ਕਲਾ ਦੇ ਕਲਾਰਾ ਭਾਈ ਦੋ ਮਿੰਟ ਦਾ ਜੋ ਮੇੜੂ ਚ ਨਾ ਕਰਾ ਗਾਂਦਰਾ ਦੇ ਹੋਵੇ ਤੁਹਾਡੇ ਗਾਂਦਰਾ ਦੇ ਹੋਵੇ ਕਿਤੇ ਗਾਂਦਰਾ ਆਲਮਗੀਰ ਕਾਲਾ ਸੰਘਿਆ ਕਿਹਾ ਜਾਂਦਾ ਕਿਉਂਕਿ ਪਿੰਡ ਆ ਜਿਹੜਾ ਬਹੁਤ ਜ਼ਿਆਦਾ ਵੱਡਾ ਇੱਕ ਪੱਤੀ ਆਲਮਗੀਰ ਤੇ ਕਾਲਾ ਸੰਘਿਆ ਉੱਧਰ ਸਿੰਮੇ ਦੀ ਕਬੱਡੀ ਤੇ ਇੱਕੋ ਗਰਾਊਂਡ ਦੇ ਵਿੱਚ ਮਿਹਨਤ ਲਾਉਂਦੇ ਆ ਤੇ ਜਾਫੀ ਕਰ ਰਿਹਾ ਟਰਾਈ ਲਵੀ ਪਾਲੋ ਪਾਣੀ ਹੈ ਜਿਹੜਾ ਵੀ ਜ਼ਰੂਰ ਬੋਲਦਾ ਕਰੀ ਉੱਧਰ ਨੌਜਵਾਨ ਧਾਵੀ ਕਾਲੇ ਸੰਘਿਆ ਦੀ ਬੀ ਟੀਮ ਦਾ ਕਬੱਡੀ ਪਾ ਰਿਹਾ ਕੱਲ ਨੂੰ ਕਹਿੰਦੇ ਉੱਡਣੇ ਤੇ ਸੁੰਦਰ ਘਰੇ ਨੇ ਵੀ ਇਸ ਧਰਤੀ ਤੇ ਜੱਫੇ ਲਾਉਣੇ ਆ ਤਾਜਾ ਕੈਨੇਡਾ ਦੀ ਹੀ ਕਬੱਡੀ ਕਲੱਬ ਨਾਲ ਖੇਡ ਰਿਹਾ ਤੇ ਆ ਤਾਜੇ ਦਾ ਵੀਰ ਇਸ ਵੇਲੇ ਕੁਲਵਿੰਦਰ ਸਿੰਘ ਕਾਲੇ ਸੰਘਿਆ ਵਾਲਾ ਜਵਾਰੂ ਉਹਨਾਂ ਦਾ ਪੇਂਡੂ ਫੜਿਆ ਹੋਇਆ ਗੁੱਟ ਤੇ ਬੱਜੀ ਜ਼ੋਰਦਾਰ ਦੀ ਕੈਂਚੀ ਵਾਹ ਕੁਲਵਿੰਦਰ ਸਿੰਘ ਲਾ ਸਿਰੇ ਦਾ ਜੱਫਾ ਪੁਆਇੰਟ ਆਪਣੀ ਟੀਮ ਦੇ ਸਿਰੇ ਤੇ ਜ਼ੋਰਦਾਰ ਹੋਇਆ ਉਧਰ ਸਾਡਾ ਭਰਾ ਕਬੱਡੀ 365 ਬੈਟ ਕਰਨ ਵਾਲਾ ਉਹ ਵੀ ਇਹਨਾਂ ਸਟਾਰਾਂ ਦੀਆਂ ਜਿਹੜੀਆਂ ਫੋਟੋ ਖਿੱਚਣ ਦੇ ਲਈ ਗਰਾਊਂਡ ਦੇ ਵਿੱਚ ਪੁੱਜ ਗਿਆ ਹੈਪੀ ਸਿੱਧੂ ਉਹਨਾਂ ਦਾ ਬਹੁਤ ਵੱਡਾ ਨਾਮ ਆ ਸਾਈਡ ਦੇ ਜ਼ਰੀਏ ਪਹਿਲੀ ਵਾਰ ਲਾਈਵ ਦਿਖਾਇਆ ਤੇ ਜਿਹੜੇ ਦਰਸ਼ਕ ਵੀਰ ਐਂਡਰਾਇਡ ਫੋਨ ਯੂਜ ਕਰਦੇ ਆ ਕਿਉਂਕਿ ਨਵੀਂ ਜਨਰੇਸ਼ਨ ਆ ਨੈਟ ਦਾ ਬੜਾ ਜ਼ਿਆਦਾ ਕਰੇਜ਼ ਆ ਤੇ ਇੱਕ ਐਪ ਬਣਿਆ ਕਬੱਡੀ 365 ਬੈਟ ਕਰਨ ਵਾਲੇ ਭਰਾਵਾਂ ਨੇ ਬਣਾਇਆ ਤੇ ਆਪਾਂ ਲਾਈਵ ਆ ਜਿਹੜਾ ਫੋਨ ਦੇ ਜ਼ਰੀਏ ਵੀ ਵੇਖ ਸਕਦੇ ਆ ਉਧਰ ਅਗਲੀ ਕਬੱਡੀ ਨੌਜਵਾਨ ਧਾਵੀ ਰਣਜੋਤ ਸਿੰਘ ਕਾਲੇ ਸਿੰਘਾਂ ਦੀ ਟੀਮ ਦਾ ਪਾਰ ਆ ਕਬੱਡੀ ਤੇ ਸਾਹਮਣੇ ਚਾਰ ਜਾਫੀ ਖੜੇ ਹਾਂਜੀ ਪਿੰਡਾ ਜੀ ਭਾਜੀ ਅਸੀਂ ਜਿਹੜੀ ਟੀਮ ਆ ਤੇ ਕਰ ਦਿੱਤੀ ਆ ਨਾ ਉਹ ਕਰਤੀ ਆ ਮੁੜ ਕੇ ਕੱਲ ਨੂੰ ਕੋਈ ਆਣ ਕੇ ਨਾ ਕਹੋ ਕਿ ਸਾਡਾ ਮੈਚ ਕਰਾਓ ਅਸੀਂ ਜਿਹੜੀਆਂ ਟੀਮਾਂ ਖੇਡ ਗਈਆਂ ਉਹਨਾਂ ਨੇ ਮੈਚ ਕਰਾਉਣੇ ਆ ਲਓ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਕਾਲੇ ਸਿੰਘਾਂ ਜਦੋਂ ਰਹਿ ਗਈ ਉਹ ਅਸੀਂ ਆਪ ਉਹਨੂੰ ਦੱਸ ਦਾਂਗੇ ਪਰ ਇੰਨਾ ਵੀ ਕੋਈ ਵੀ ਟੀਮ ਇੱਥੇ ਜਾਣਾ ਤੇ ਟਾਈਮ ਲੈ ਕੇ ਜਾਵੇ ਉਧਰ ਵੇਖਾਂਗੇ ਮੇਰੇ ਵੀਰੋ ਇਹ ਆ ਨੌਜਵਾਨ ਧਾਵੀ ਕਹਿੰਦੇ ਕਾਲੇ ਸੰਘਿਆਂ ਦੇ ਘੋਡੇ ਦਾ ਵੀਰ ਉਹ 65 ਕਹਿੰਦੇ ਕਾਲੇ ਸੰਘਿਆਂ ਦੀ ਟੀਮ ਦੇ ਹਿੱਸੇ ਜੋੜਦਾ ਆ ਹਾਂ ਵੇਖਾਂਗੇ ਇੱਧਰ ਨੌਜਵਾਨ ਧਾਵੀ ਸਿੱਖ ਸਰਦਾਰ ਕਬੱਡੀ ਪਾਉਣ ਦੇ ਲਈ ਵੱਧ ਆਇਆ ਇੱਕ ਗੰਨੀ ਤੇ ਛਿੰਦੀ ਆ ਪਰ ਛਿੰਦੀ ਰੇਡਰਾ ਮੇਰੇ ਵੀਰੋ ਅੱਜ ਬਤੌਰ ਜਾਫੀ ਬਣਿਆ ਹੋਇਆ ਪਰ ਖੇਡ ਦੇ ਮੈਦਾਨ ਦੇ ਵਿੱਚ ਕੀਤਾ ਹੋਇਆ ਛਿੰਦੀ ਨੂੰ ਹਲਕਾ ਜਿਹਾ ਟੱਚ 65 ਵੇਖਾਂਗੇ ਨੌਜਵਾਨ ਧਾਵੀ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਦੇ ਸਰਹਾਣੇ ਵਰਗਾ ਸਰੀਰ ਆ ਧਾਵੀ ਦਾ ਤੇਰੇ ਵਸ ਦੀ ਗੱਲ ਨਹੀਂ ਇੱਧਰ ਸਿੰਮਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਤੇ ਸਾਹਮਣੇ ਚਾਰ ਜਾਫੀ ਕਾਲਾ ਸੰਘਿਆਂ ਦੀ ਟੀਮ ਦੇ ਇੱਕੋ ਗਰਾਊਂਡ ਦੇ ਵਿੱਚ ਮਿਹਨਤ ਕਰਨ ਵਾਲੇ ਨੌਜਵਾਨ ਇਸ ਵੇਲੇ ਭੇਟਾਂ ਦੀ ਗਰਾਊਂਡ ਦੇ ਵਿੱਚ ਵਿਰੋਧੀ ਬਣ ਕੇ ਜਿਹੜੇ ਮੁਕਾਬਲਾ ਖੇਡ ਰਹੇ ਆ ਤੇ ਜਾਫੀ ਨੇ ਪੱਤੀ ਖੁੱਚ ਬੱਜੀ ਕਹਿੰਦੀ ਤੇ ਸਿੰਮੇ ਨੇ ਛੜਾਇਆ ਤੇ ਪੁਆਇੰਟ ਧਾਵੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਰਣਜੋਤ ਅਗਲੀ ਕਬੱਡੀ ਫੇਰ ਪਾ ਰਿਹਾ ਤੇ ਉੱਧਰ ਕਾਲੇ ਸੰਘਿਆਂ ਦਾ ਮੱਲ ਵੀ ਇੱਕ ਤੰਨੀ ਤੇ ਖਲੋਤਾ ਹੋਇਆ ਤੇ ਨਾਲ ਕੁਲਵਿੰਦਰ ਤੇ ਸਿੰਧੀ ਵਰਗੇ ਚਾਰ ਜਾਫੀ ਆ ਤੇ ਕਿਹੜਾ ਲਾਊ ਉਸ ਵੇਲੇ ਸਿਰੇ ਦਾ ਜੱਫਾ ਕੁਲਵਿੰਦਰ ਸਿੰਘ ਕਰ ਰਿਹਾ ਕੋਸ਼ਿਸ਼ ਫੜਿਆ ਗੁੱਟ ਤੇ ਛੜਾਇਆ ਮੁਕਾਬਲਾ ਹੰਡਿਆਂ ਦੇ ਦਰਮਿਆਨ ਹੋ ਚੁੱਕਿਆ ਸਮਾਂ ਟਿਕ ਟਿਕ ਕਰਕੇ ਬੀਤਦਾ ਜਾ ਰਿਹਾ ਮੈਂ ਵੀ ਮੋਢੇ ਵਾਲਾ ਗੱਲ ਕਰ ਅਗਲੀ ਕਬੱਡੀ ਉੱਧਰ ਖੰਭਾ ਤੋਂ ਬਹੁਤ ਅਜਰੇ ਉੱਡਦੇ ਨਾ ਉਮਰ ਬਖਤ ਦੇ ਪਾਣੀ ਕਦੇ ਪਛਾਣ ਮੁੜਦੇ ਨਾ ਵਾਕਈ ਮੇਰੇ ਵੀ ਉਹ ਗੱਲ ਹੈ ਉਹ ਇਹ ਹੈ ਰਾਜਾ ਕਾਲੇ ਸੰਘਿਆਂ ਵਾਲਾ ਨੌਜਵਾਨ ਧਾਵੀ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧ ਆਇਆ ਕਿ ਬਾਪੂ ਗੰਦਾ ਖੇਡ ਪੁੱਤਾ ਸ਼ੇਰ ਬਣ ਕੇ ਦਿਖਾ ਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਕਿ ਰਿਸ਼ਤੇਦਾਰ ਵੇਲੀ ਸਾਰੇ ਮਾਣ ਕਰਦੇ ਕਿ ਗੁਣਾ ਬਿਨਾ ਕੋਈ ਨਹੀਂ ਕਿਸੇ ਨੂੰ ਜਾਣਦਾ ਜਿਹੜੇ ਪੁੱਤ ਮਾਮਾ ਦੇ ਕਬੱਡੀ ਖੇਡਦੇ ਤੇ ਨਾਮ ਉੱਚਾ ਹੁੰਦਾ ਪੂਰੇ ਖਾਨਦਾਨ ਦਾ ਉਹ ਇੱਕ ਕੰਨੀ ਦੇ ਕਹਿੰਦੇ ਮੱਲ ਹੈ ਨਾਲ ਛਿੰਦੀ ਹੈ ਤੇ ਨਾਲ ਵੇਖਾਂਗੇ ਮੇਰੇ ਵੀਰੋ ਇਹ ਆ ਮੱਲ ਕਾਲੇ ਸੰਘਿਆਂ ਵਾਲਾ ਨੌਜਵਾਨ ਜਾਪੀ ਤਾਜੇ ਦਾ ਪੇਂਡੂ ਮੇਰੇ ਵੀਰੋ ਘੁੱਡੇ ਦਾ ਪੇਂਡੂ ਹੈਲੋ ਹੈਲੋ ਬਈ ਗੁੱਗੀਪੁਰੇ ਟੀਮ ਆ ਗਈ ਸਿੰਧੂ ਚੱਟਾ ਕਿੱਥੇ ਆ ਸਿੰਧੂ ਚੱਟਾ
संधू चटा एक मिनट आवा जी तुम पढ़ाल दो ना चीमा कला कितने भाई चीमा कला कुहाड़ा तो मलिया मलिया रे ठीक है भाई कुहाड़े रे ओके भाई हेलो उधर नौजवान ताबी इस वेले सिख सरदार कबड्डी पा रहे काले संघ की टीम का मुकाबला कलविंदर के नाल होया तारी मारो जोरदार इस ताबी के लिए लवी भी ना दसी इहदा की है नगिंदर सिंह लड्डू लड्डू ने पॉइंट अपनी टीम दे से वे जोड़ा एक सिद्ध मादा लड्डू साडे दरम्यान नहीं रहा पर जिन्ना टाइम कबड्डी रहनी है तो लड्डू उन्हां दा नाम इन्हां ग्राउंडां दे विच बोलते ही बोलिया जाएगा उधर सिंह ने फिर कबड्डी पा दित्ती है तो सामने काले संघां दा उच्चा लम्मा जिहा गभरू पर बज्जी बैल ते पॉइंट सिम्मा अपनी टीम दे से वे जोड़दा है अगली कबड्डी पिंदर नौजवान ताबी इस वेले फिर कबड्डी पा रहा ते सामने उस पिंड दे जाफी है ते केड़ा नौजवान घर दा पोती लंघदा ढाहे पाउण वाली गल करेगा उधर पॉइंट पिंदर काले संघां वाला अपनी टीम दे से वे जोड़दा है भाई काले संघां दा राजा मेरे वीरो कबड्डी पाउण दे लई बंद आया और राजा कहंदे जिथे जाप करदे उथे कबड्डियां वी पाउंदा मेरे वीरो ए आ राजा कहंदे काले संघां वाला नौजवान ताबी अंदाज वखरा जिहा मुंडे दा कबड्डी पाउण दा लो पट्टी होई कुछ मेरे वीरो पर वेखांगे मुंडे ने आए कट के मारिया जिदां मेरे वीरो मक्खन दे विच वाल कट दिंदे आ ओ खेड दे मैदान दे विच काले संघां दी धरती दे चार जाफी है चारियां जाफियां दी पूरी ब्यौतबंदी बनाई होई है इहनूं कित्थों फड़ीए पर वेखांगे मेरे वीरो ए गल समें दी आउणी है ए गल समें दी होउगी ओ खेड दे मैदान दे विच आपां कबड्डी 365.com वाले वीरां दा भी धन्नवाद करांगे जो सुबह तो लैके मेरे वीरो अज दे पेटां दे कबड्डी कप दा लाइव टेलीकास्ट कर रहे आ वखो वखरे विदेशां दे विच मेरे वीरो कबड्डी 365.com दे जरिए अज पेटां दे कबड्डी कप दा जिहड़े वीर बाहर बैठे आनंद माण सकदे आ ओ कुब्बे दा वीर मेरे वीरो काले संघां वाले दा बई सीचे वाला क्या करो सीचे वाल सीचे वाल सीचे वाल ਸੀਚੇ ਰਹਿ ਗਏ ਕਿਤੇ ਬਈ ਉਧਰ ਨੌਜਵਾਨ ਧਾਬੀ ਕੋਡੇ ਦਾ ਵੀਰ ਬਲਵਿੰਦਰ ਸਿੰਘ ਕਾਲੇ ਸੰਘਿਆ ਵਾਲਾ ਪੁਆਇੰਟ ਆਪਣੀ ਟੀਮ ਦੇ ਉਸੇ ਦੇ ਜੋੜਦਾ ਹੈ ਉਧਰ ਅਗਲੀ ਰੇਡ ਪਿੰਦਰ ਨੌਜਵਾਨ ਧਾਬੀ ਫਿਰ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਸੀਚੇ ਵਾਲ ਦੀ ਟੀਮ ਨੂੰ ਅਸੀਂ ਬਾਜਾ ਦੇ ਰਹੇ ਹਾਂ ਪਲੀਜ਼ ਉਹ ਟੀਮ ਵੀ ਜਲਦੀ ਨਾਲ ਪੁੱਜ ਜਾਵੋ ਇਹ ਜ਼ਿੰਦਗੀ ਸੱਜਣਾ ਲੰਘ ਜਾਣੀ ਲੰਘ ਜਾਵਣ ਜਿਵੇਂ ਤਰੀਕਾ ਕਿ ਮੌਤ ਕਿਸੇ ਦੀ ਉਮਰ ਨਾ ਵੇਖੋ ਤੇ ਵਕਤ ਨਾ ਕਰੋ ਵੀਤਾ ਕਿ ਮੌਤ ਕਿਸੇ ਦੀ ਉਮਰ ਨਾ ਵੇਖੋ ਤੇ ਵਕਤ ਨਾ ਕਰੋ ਵੀਤਾ ਲਾ ਤਕੜਾ ਜਫਾ ਪੁਆਇੰਟ ਕਾਲੇ ਸੰਘਿਆ ਦੀ ਇਹ ਟੀਮ ਦੇ ਉਸੇ ਦੇ ਜੁੜਦਾ ਹੋਇਆ ਉਧਰ ਢਾਲੇ ਵਾਲਾ ਚੰਡ ਕੋਚ ਪੁੱਜਿਆ ਹੋਇਆ ਤੇ ਸ਼ਹੀਦ ਭਗਤ ਸਿੰਘ ਦੀ ਖੇਡ ਕਲੱਬ ਦਾ ਕੋਚ ਹੈ ਤੇ ਸਭ ਹੀ ਘੁੰਮਣ ਹੋਣੀ ਬਿਕਰਮਜੀਤ ਬਾਂਸੂਰੀ ਤੇ ਨਾਲ ਪਵੇ ਸਲੱਖਰ ਸਿੰਘ ਦੀ ਸੇਤਰ ਆਸਟ੍ਰੇਲੀਆ ਵਾਲੇ ਆ ਸਰਸਗੁਣੀ ਉਸ ਟੀਮ ਦੇ ਸਪੌਂਸਰ ਹੈ ਉਧਰ ਰਾਣਾ ਸਿੱਧੂ ਤੇ ਬਿੱਲਾ ਸਿੱਧੂ ਕੈਨੇਡਾ ਦੇ ਯੰਗ ਕਬੱਡੀ ਕਲੱਬ ਦੇ ਨਾਲ ਜੁੜੀ ਹੋਈ ਹੈ ਸ਼ਖਸੀਅਤਾਂ ਟੋਰਾਂਟੋ ਸ਼ਹਿਰ ਦੇ ਵਿੱਚ ਵੱਸਦੇ ਆ ਉਹ ਵੀ ਲਾਈਵ ਦੇਖ ਰਿਹਾ ਕਬੱਡੀ 365.com ਦੇ ਜ਼ਰੀਏ ਤੇ ਦਰਸ਼ਕ ਵੀ ਨੋਟ ਕਰ ਲੈਣ ਦੋਨਾਂ ਟੀਮਾਂ ਦੇ ਵਿੱਚੋਂ ਕਾਲੇ ਸੰਘਿਆ ਦੀ ਇਹ ਟੀਮ ਹੈ ਜਿਹੜੀ ਜੇਤੂ ਰਹੀ ਆ ਕਿਉਂਕਿ ਇੱਕੋ ਪਿੰਡ ਦੀਆਂ ਟੀਮਾਂ ਸਨ ਅਗਲਾ ਮੈਚ ਲਵੀ ਪਿੰਡੋ ਵੀਰ